ਕੱਲ ਕਰਾਂਗੇ ਆਟੋ ਰਿਕਸ਼ਾ ਦੇ ਵਿੱਚ ਨਿਕਾਹ ਕਰਾਉਣ ਦਾ ਜੋ ਮਾਮਲਾ ਸਾਹਮਣੇ ਆਇਆ ਸੀ, ਇੱਕ ਵਾਰ ਫਿਰ ਤੋਂ ਹਾਈ ਕੋਰਟ ਤੋਂ ਸੁਰੱਖਿਆ ਮੰਗਣ ਦੇ ਮਾਮਲੇ ਦੀ ਹੁਣ ਜਾਂਚ ਤੇਜ਼ ਹੋ ਚੁੱਕੀ ਹੈ। ਹਾਈ ਕੋਰਟ ਨੇ ਧਰਮ ਪਰਿਵਰਤਨ ਦਾ ਖਦਸ਼ਾ ਵੀ ਜ਼ਾਹਿਰ ਕੀਤਾ ਸੀ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸੀਬੀਆਈ ਨੂੰ ਜਾਂਚ ਸੌਂਪ ਦਿੱਤੀ ਹੈ। ਫਿਲਹਾਲ ਫਤਿਹਗੜ੍ਹ ਸਾਹਿਬ ਦੇ ਐਸਐਸਪੀ ਤੋਂ ਵੀ ਇਸ ਬਾਬਤ ਰਿਪੋਰਟ ਤਲਬ ਕੀਤੀ ਗਈ। ਦਰਅਸਲ ਪੂਰਾ ਮਾਮਲਾ ਹਾਈ ਕੋਰਟ ਦੇ ਵਿੱਚ ਪਹੁੰਚਿਆ ਤਾਂ ਹਾਈ ਕੋਰਟ ਨੇ ਸੀਬੀਆਈ ਨੂੰ ਪੂਰੀ ਜਾਂਚ ਸੌਂਪ ਦਿੱਤੀ ਹੈ। ਕਾਜ਼ੀ ਨੇ ਆਟੋ ਰਿਕਸ਼ਾ ਦੇ ਵਿੱਚ ਨਿਕਾਹ ਕਿਵੇਂ ਪੜਵਾ ਦਿੱਤਾ, ਇਹ ਬਿਨਾਂ ਉਹ ਵੀ ਬਿਨਾਂ ਗਵਾਹਾਂ ਦੇ ਹਾਈ ਕੋਰਟ ਨੇ ਸਵਾਲ ਕੀਤਾ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਆਟੋ ਰਿਕਸ਼ਾ ਦੇ ਵਿੱਚ ਨਿਕਾਹ ਦੇ ਮਾਮਲੇ ਦੀ ਜਾਂਚ ਸੀਬੀਆਈ ਦੇ ਹਵਾਲੇ ਕਰ ਦਿੱਤੀ ਹੈ। ਅਦਾਲਤ ਪੰਜਾਬ ਪੁਲਿਸ ਦੀ ਜਾਂਚ ਤੋਂ ਸੰਤੁਸ਼ਟ ਨਹੀਂ ਦਿਖੀ ਹੈ। ਪਿਛਲੀ ਸੁਣਵਾਈ ਦੇ ਦੌਰਾਨ ਹਾਈ ਕੋਰਟ ਨੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਡੀਐਸਪੀ ਤੋਂ ਰਿਪੋਰਟ ਤਲਬ ਕੀਤੀ ਸੀ। ਅਦਾਲਤ ਨੇ ਆਸ਼ੰਕਾ ਜ਼ਾਹਰ ਕੀਤੀ ਸੀ। ਅਦਾਲਤ ਨੇ ਦਰਅਸਲ ਸ਼ੱਕ ਜ਼ਾਹਰ ਕੀਤਾ ਸੀ ਕਿ ਮਾਮਲੇ ਦੇ ਪਿੱਛੇ ਧਰਮ ਪਰਿਵਰਤਨ ਦਾ ਕੋਈ ਰੈਕੇਟ ਹੋ ਸਕਦਾ ਹੈ। ਪੁਲਿਸ ਨੇ ਜੋ ਰਿਪੋਰਟ ਦਿੱਤੀ ਹੈ, ਅਦਾਲਤ ਨੂੰ ਨਿਰਾਸ਼ਾ ਹੀ ਹੱਥ ਲੱਗੀ ਹੈ। ਅਦਾਲਤ ਨੇ ਸਖ਼ਤ ਲਹਿਜੇ ਦੇ ਨਾਲ ਕਿਹਾ ਕਿ ਪੁਲਿਸ ਦੀ ਜਾਂਚ ਸਿਰਫ ਟਿਪ ਆਫ ਆਈਸਬਰਗ ਹੈ ਔਰ ਅਦਾਲਤ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕਰਨ ਦੇ ਲਈ ਸੀਬੀਆਈ ਤੋਂ ਮਦਦ ਲੈਣ ਦੇ ਲਈ ਜ਼ਰੂਰੀ ਹੈ। ਮੇਰਾ ਰੁਚੀ ਬੋਸ ਕਹਾਂ ਕੇ ਰਹਿਣ ਵਾਲੇ ਹੈ? ਮੈਂ ਮੱਧ ਪ੍ਰਦੇਸ਼ ਟੀਕਾ ਮੋਰ। ਆਪਕਾ ਇਨਕੇ ਸਾਥ ਕੈਸੇ ਲੋਨ ਕੈਸੇ? ਇਹ ਹਮਾਰੇ ਘਰ ਪਰ ਕੰਪਾਈਨਰ ਲੇਕਰ ਗਏ ਥੇ, ਹਮ ਖੇਤ ਕਾ ਕਾਮ ਕਰਤੇ ਥੇ, ਤੋ ਬਸ ਵਹੀਂ ਪਰ ਮਿਲ ਗਏ ਥੇ ਹਮ। ਉਸਨੇ ਮੁਝੇ ਆਪਣਾ ਨਾਮ ਬਤਾਇਆ, ਮਤਲਬ ਕੋਈ ਧਰਮ ਸੇ ਤੋ ਨਹੀਂ, ਤੋ ਮੈਂ ਵੋ ਹੈਗੇ, ਹਮ ਮੁਸਲਿਮ ਹੈਗੇ, ਕੋਈ ਐਤਰਾਜ ਹੈ ਸ਼ਾਦੀ ਕਰੋਗੇ ਤੋ ਹਮ ਬਾਤ ਕਰੇਂਗੇ। ਤੋ ਮੈਨੇ ਬੋਲ ਦਿਆ ਠੀਕ ਹੈ, ਹਮ ਕਰੇਂਗੇ ਸ਼ਾਦੀ। ਤੋ ਬਸ ਹਮ ਲੋਗੋ ਕੀ ਬਾਤ ਹੋਣੇ ਲਗੀ। ਮੱਧ ਪ੍ਰਦੇਸ਼ ਸੇ ਹਮ ਪਹਿਲੇ ਪਾਪਾ ਕੇ ਸਾਥ ਮੰਦਿਰ ਆਏ ਥੇ, ਵਹਾਂ ਗਾਓ ਸੇ ਕਿਉਂਕਿ ਮੈਂ ਪੜਤਾ ਹੈ ਚਿਤਰਕੂਟ, ਵਹਾਂ ਪਰ ਆਏ ਥੇ। ਵਹਾਂ ਸੇ 5 ਤਾਰੀਖ ਕੋ ਨਿਕਲੇ, 6 ਤਾਰੀਖ ਕੋ ਹਮ ਲੋਗ ਚੰਡੀਗੜ੍ਹ ਪਹੁੰਚ ਗਏ ਥੇ। ਇਹ ਸਾਰੇ ਇੱਕ ਦੂਸਰੇ ਕੋ ਪਿਆਰ ਕਰ ਰਹੇ ਥੇ, ਬਸ ਇਹਨੂੰ ਸ਼ਾਦੀ ਕਰ ਲਈ, ਮੇਰੇ ਕੋਈ ਪ੍ਰੋਬਲਮ ਨਹੀਂ ਹੈ। ਲੜਕੀ ਕਹਾਂ ਕੀ? ਲੜਕੀ ਮੱਧ ਪ੍ਰਦੇਸ਼ ਦੀ ਹੈ। ਇਹ ਧਰਮ ਪਰਿਵਰਤਨ ਕਾ ਜੋ ਮਾਮਲਾ ਹੈ, ਇਸਮੇ ਤਾਂ ਕੁਛ ਹੈ ਨਹੀਂ ਖਾਸ, ਹਮ ਤਾਂ ਇਸ ਚੀਜ਼ ਕੋ ਮਾਨਤੇ ਨਹੀਂ ਹੈ, ਕੋਈ ਪ੍ਰੋਬਲਮ ਨਹੀਂ ਹੈ। ਲੜਕੀ ਵੀ ਹਮਾਰੇ ਸਾਥ ਖੁਸ਼ ਹੈ, ਬਸ ਇਹਨੂੰ ਕੋ ਇਨਸਾਫ ਮਿਲਣਾ ਚਾਹੀਏ। ਤਾਂ ਫਿਲਹਾਲ ਇਹ ਨਿਕਾਹ ਪੜਵਾਇਆ ਗਿਆ, ਇਹ ਆਟੋ ਰਿਕਸ਼ਾ ਦੇ ਵਿੱਚ ਨਿਕਾਹ ਪੜਵਾਇਆ ਗਿਆ। ਤਾਂ ਇਸ ਨੂੰ ਲੈ ਕੇ ਹਾਲਾਂਕਿ ਅਦਾਲਤ ਦੇ ਵੱਲੋਂ ਵੀ ਸਵਾਲ ਕੀਤਾ ਗਿਆ। ਆਦੇਸ਼ ਦੇ ਵਿੱਚ ਹਾਈ ਕੋਰਟ ਨੇ ਕਿਹਾ ਹੈ ਕਿ ਕਿਉਂਕਿ ਇਹ ਵਿਆਹ ਜੋ ਹੈ ਅੱਖਾਂ ਦੇ ਵਿੱਚ ਧੂੜ ਚੌਂਕਣ ਵਾਲਾ ਪ੍ਰਤੀਤ ਹੁੰਦਾ ਹੈ, ਕਿਉਂਕਿ ਮੁਸਲਿਮ ਕਾਨੂੰਨ ਦੇ ਤਹਿਤ ਮੌਲਵੀ ਕਾਜ਼ੀ ਤੋਂ 2 ਗਵਾਹਾਂ ਦੀ ਮੌਜੂਦਗੀ ਦੇ ਬਿਨਾਂ ਆਟੋ ਰਿਕਸ਼ਾ ਦੇ ਵਿੱਚ ਨਿਕਾਹ ਪੜਵਾਉਣ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਇਸ ਦੇ ਨਾਲ ਹੀ ਵਿਆਹ ਦੀ ਜੋ ਜਗ੍ਹਾ ਹੈ ਉਹ ਮਸਜਿਦ ਨਿਆ ਗਾਓਂ SAS ਨਗਰ ਮੋਹਾਲੀ ਦੱਸਿਆ ਗਿਆ ਹੈ। ਔਰ ਅਦਾਲਤ ਨੇ ਕਿਹਾ ਹੈ ਕਿ ਜੋ ਪਟੀਸ਼ਨ ਅਦਾਲਤ ਦੇ ਮਨ ਦੇ ਵਿੱਚ ਗਹਿਰਾ ਅਤੇ ਸਪਸ਼ਟ ਸੰਦੇਸ਼ ਇਹ ਪੈਦਾ ਕਰਦੀ ਹੈ, ਇੱਕ ਸ਼ੱਕ ਪੈਦਾ ਕਰਦੀ ਹੈ, ਜਿਸ ਦੇ ਨਾਲ ਇੱਕ ਸੁਤੰਤਰ ਤੇ ਕੇਂਦਰੀ ਏਜੰਸੀ ਯਾਨੀ ਕਿ CBI ਦੇ ਮਾਧਿਅਮ ਦੇ ਨਾਲ ਜਾਂਚ ਕਰਾ ਕੇ ਖਾਰਿਜ ਕੀਤਾ ਜਾਣਾ ਚਾਹੀਦਾ। ਜਗਮੀਤ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਹੈ। ਜਗਮੀਤ, ਕੀ ਅਪਡੇਟ ਹੈ? ਹਾਈ ਕੋਰਟ ਨੇ ਵੀ ਸ਼ੱਕ ਜ਼ਾਹਿਰ ਕੀਤਾ ਕਿ ਧਰਮ ਪਰਿਵਰਤਨ ਦੇ ਨਾਲ ਵੀ ਜੁੜਿਆ ਹੋਇਆ ਮਾਮਲਾ ਹੋ ਸਕਦਾ ਹੈ, ਔਰ ਹਾਈ ਕੋਰਟ ਨੇ ਵੀ ਕਿਹਾ ਕਿ ਜੋ ਰਿਪੋਰਟ ਹੁਣ ਤੱਕ ਪਹੁੰਚੀ ਅਦਾਲਤ ਦੇ ਵਿੱਚ ਨਿਰਾਸ਼ਾ ਹੀ ਹੱਥ ਲੱਗੀ ਹੈ, ਅੱਖਾਂ ਦੇ ਵਿੱਚ ਧੂਲ ਚੌਂਕਣ ਦੇ ਬਰਾਬਰ ਹੈ ਨਿਕਾਹ ਪੜਵਾਉਣ ਦਾ ਮਾਮਲਾ। ਇਹ ਬਿਲਕੁਲ ਲਗਨ, ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਇੱਕ ਜਿਹੜਾ ਲਵ ਮੈਰਿਜ ਦਾ ਮਾਮਲਾ ਇੱਥੇ ਆਪਣੇ ਫਤਿਹਗੜ੍ਹ ਸਾਹਿਬ ਤੋਂ ਸਾਹਮਣੇ ਆਇਆ ਸੀਗਾ। ਇੱਕ ਜਿਹੜਾ ਲੜਕਾ ਜਿਹੜਾ ਫਤਿਹਗੜ੍ਹ ਸਾਹਿਬ ਦੇ ਪਿੰਡ ਰਾਜਿੰਦਰਗੜ੍ਹ ਦਾ ਰਹਿਣ ਵਾਲਾ, ਜੋ ਕਿ ਮੁਸਲਮਾਨ ਭਾਈਚਾਰੇ ਨਾਲ ਸੰਬੰਧ ਰੱਖਦਾ ਹੈ, ਉੱਥੇ ਹੀ ਜਿਹੜੀ ਲੜਕੀ ਹੈ ਉਹ ਮੱਧ ਪ੍ਰਦੇਸ਼ ਤੋਂ ਹੈ, ਜਿਹੜੀ ਕਿ ਹਿੰਦੂ ਭਾਈਚਾਰੇ ਨਾਲ ਸੰਬੰਧ ਰੱਖਦੀ ਹੈ।
ਜਿਸ ਕਰਕੇ ਇਹ ਜਿਹੜਾ ਦੇਖਿਆ ਜਾ ਰਿਹਾ ਵੀ ਸ਼ਾਇਦ ਧਰਮ ਪਰਿਵਰਤਨ ਦਾ ਜਿਹੜਾ ਮਾਮਲਾ ਹੋ ਸਕਦਾ, ਕਿਉਂਕਿ ਇੰਨੀ ਦੂਰੀ ਤੈਅ ਕਰਕੇ ਲੜਕੀ ਇੱਥੇ ਆਉਂਦੀ ਹੈ ਤੇ ਉਹ ਜਿਹੜਾ ਇੱਕ ਵਿਆਹ ਕਰਵਾਉਂਦੀ ਹੈ ਮੁਸਲਮਾਨ ਭਾਈਚਾਰੇ ਦੇ ਸੰਬੰਧ ਨਾਲ ਲੜਕੇ ਨਾਲ ਕਰਵਾਉਂਦੀ ਹੈ। ਇੱਕ ਜਿਹੜੀ ਹੋਰ ਕੋਰਟ ਨੂੰ ਲੱਗੀ ਹੈ ਜਿਸ 'ਤੇ ਉਹਨਾਂ ਨੇ ਇਤਰਾਜ਼ ਜਤਾਇਆ ਕਿ ਇਹਨਾਂ ਲਈ ਜਿਹੜੀ ਮੈਰਿਜ ਹੁੰਦੀ ਆ ਇੱਕ ਆਟੋ ਦੇ ਵਿੱਚ ਕਰਵਾਈ ਜਾਂਦੀ ਹੈ ਮੌਲਵੀ ਦੇ ਵੱਲੋਂ, ਮੌਲਵੀ ਦੇ ਵੱਲੋਂ ਜਿਹੜਾ ਆਟੋ ਦੇ ਵਿੱਚ ਹੀ ਨਿਕਾਹ ਪੜਾ ਕੇ ਇਹਨਾਂ ਦੀ ਜਿਹੜੀ ਮੈਰਿਜ ਕਰਵਾਈ ਜਾ ਰਹੀ ਹੈ, ਜਿਸ ਦੀ ਫੋਟੋ ਉਹ ਫਾਇਲ ਕਰਕੇ ਜਿਹੜੀ ਕੋਰਟ ਦੇ ਵਿੱਚ ਪੇਸ਼ ਕਰਦੇ ਨੇ, ਜਿੱਥੇ ਇਸ 'ਤੇ ਇਤਰਾਜ਼ ਜਤਾਇਆ ਗਿਆ ਅਤੇ ਉਸ ਤੋਂ ਬਾਅਦ ਹੀ ਜਿਹੜੀ ਕਹੀ ਜਾ ਰਹੀ ਹੈ ਵੀ ਜਿਹੜੀ ਜਾਂਚ ਹੈ ਉਹ ਕਰਵਾਈ ਗਈ ਹੈ। ਜਾਂਚ ਦੇ ਆਦੇਸ਼ ਦਿੱਤੇ ਗਏ ਨੇ ਐਸ ਐਸ ਪੀ ਫਤਿਹਗੜ੍ਹ ਸਾਹਿਬ ਨੂੰ ਦਿੱਤੇ ਗਏ ਸੀ, ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਆਪਣੀ ਰਿਪੋਰਟ ਵੀ ਉੱਥੇ ਪੇਸ਼ ਕੀਤੀ ਗਈ ਹੈ ਅਤੇ ਇਸ ਦੀ ਜਿਹੜੀ ਜਾਂਚ ਹੈ ਹੁਣ ਕਿਹਾ ਜਾ ਰਿਹਾ ਵੀ ਸੀ ਬੀ ਆਈ ਦੇ ਵੱਲੋਂ ਵੀ ਹੋ ਸਕਦੀ ਜੀ। ਜੀ ਲੇਕਿਨ ਜੋ ਕੁੜੀ ਹੈ ਉਹ ਕਹਿੰਦੀ ਉਹਦੀ ਮਰਜ਼ੀ ਨਾਲ ਵਿਆਹ ਹੋਇਆ। ਜੀ ਬਿਲਕੁਲ ਗਗਨ, ਅਸੀਂ ਲੜਕਾ ਤੇ ਲੜਕੀ ਤੇ ਲੜਕੇ ਦੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਗੱਲਬਾਤ ਕਰੀ ਹੈ। ਲੜਕੀ ਕਹਿੰਦੀ ਹੈ ਜਿਸ ਤਰ੍ਹਾਂ ਕਿ ਲੜਕਾ ਕਹਿੰਦਾ ਵੀ ਉਹ ਕੰਬਾਈਨ ਦੇ ਨਾਲ ਜਿਹੜਾ ਫਸਲ ਕੱਟਣ ਦਾ ਕੰਮ ਕਰਦਾ ਤੇ ਉਹ ਹਰ ਸਾਲ ਫਸਲ ਦੀ ਕਟਾਈ ਕਰਨ ਦੇ ਲਈ ਜਿਹੜਾ ਮੱਧ ਪ੍ਰਦੇਸ਼ ਜਾਇਆ ਕਰਦਾ ਸੀ, ਜਿੱਥੇ ਉਸਨੂੰ ਪਿਛਲੇ ਸਾਲ ਹੀ ਲੜਕੀ ਜਿਹੜੀ ਹੈ ਰੁਚੀ ਨਾਮ ਦੀ ਲੜਕੀ ਹੈ ਮੱਧ ਪ੍ਰਦੇਸ਼, ਉੱਥੇ ਉਸਨੂੰ ਖੇਤਾਂ ਦੇ ਵਿੱਚ ਹੀ ਜਿਹੜਾ ਜਦੋਂ ਕਟਾਈ ਕਰਦਾ ਉੱਥੇ ਮਿਲਦੀ ਹੈ, ਜਿੱਥੇ ਉਹਨਾਂ ਦੇ ਵਿੱਚ ਆਪਸੀ ਪਿਆਰ ਹੋ ਜਾਂਦਾ ਤੇ ਪਿਆਰ ਇੱਕ ਸਾਲ ਚੱਲਦਾ। ਇੱਕ ਸਾਲ ਤੋਂ ਬਾਅਦ ਜਿਹੜਾ ਉਹ ਆਪਣੇ ਵਿਆਹ ਦਾ ਪ੍ਰਸਤਾਵ ਰੱਖਦੇ ਨੇ ਤੇ ਦੋਨੋਂ ਜਾਣੇ ਜਿਹੜੇ ਕੋਰਟ ਮੈਰਿਜ ਕਰਵਾਉਂਦੇ ਨੇ। ਲੜਕੀ ਦਾ ਵੀ ਇਹੀ ਹੈ ਵੀ ਅਸੀਂ ਦੋਨਾਂ ਨੇ ਆਪਣੀ ਮਰਜ਼ੀ ਦੇ ਨਾਲ ਜਿਹੜਾ ਇਹ ਵਿਆਹ ਕਰਵਾਇਆ, ਕਿਸੇ ਨੂੰ ਇਸਦੇ ਵਿੱਚ ਇਤਰਾਜ਼ ਨਹੀਂ ਹੋਣਾ ਚਾਹੀਦਾ, ਕਿਉਂਕਿ ਦੋਨੇ ਆਪਣੇ ਪਿਆਰ ਦਾ ਜਿਹੜਾ ਇਜ਼ਹਾਰ ਕਰਾ ਕੇ ਉਸ ਤੋਂ ਬਾਅਦ ਹੀ ਉਹਨਾਂ ਨੇ ਵਿਆਹ ਕਰਵਾਇਆ ਤੇ ਦੋਨਾਂ ਦੇ ਪਰਿਵਾਰਕ ਮੈਂਬਰ ਨੇ ਜਿਹੜੇ ਉਹ ਵੀ ਇਸਦੇ ਲਈ ਰਾਜ਼ੀ ਨੇ ਜੀ। ਲੇਕਿਨ ਜਿਸ ਤਰ੍ਹਾਂ ਕਿ ਪਹਿਲਾਂ ਵੀ ਗੱਲ ਕੀਤੀ ਹੈ ਕਿ ਜੋ ਜਾਂਚ ਰਿਪੋਰਟ ਸੌਂਪੀ ਗਈ ਅਦਾਲਤ ਦੇ ਵਿੱਚ ਤਾਂ ਜੱਜ ਸਾਹਿਬ ਦਾ ਮੱਥਾ ਠਣਕਿਆ ਉੱਥੇ ਕਿ ਕੁਛ ਨਾ ਕੁਛ ਫਰਜ਼ੀਵਾੜਾ ਚੱਲ ਰਿਹਾ ਹੈ, ਔਰ ਫਿਲਹਾਲ ਸੀ ਬੀ ਆਈ ਤੋਂ ਜਾਂਚ ਕਰਾਉਣ ਦੇ ਆਦੇਸ਼ ਵੀ ਜਾਰੀ ਕਰ ਦਿੱਤੇ ਨੇ, ਔਰ ਇਸਦੇ ਨਾਲ ਹੀ ਉਹ ਜੋ ਗਵਾਹ ਨੇ ਜਿਹਨਾਂ ਗਵਾਹਾਂ ਦੇ ਸਾਈਨ ਹੋਏ ਨੇ ਉਹ ਉਹਨਾਂ ਦਾ ਵੀ ਬਿਆਨ ਸਾਹਮਣੇ ਆਇਆ ਕਿ ਨਾ ਉਹ ਗਵਾਹ ਪਹੁੰਚੇ ਸੀ, ਕਹਿੰਦੇ ਨਾ ਹੀ ਅਸੀਂ ਸਾਈਨ ਕੀਤੇ ਨੇ, ਫਿਰ ਸਾਈਨ ਆਏ ਕਿੱਥੋਂ? ਬੁਰੇ ਬੁਰਾ ਹੀ ਫਸ ਗਿਆ ਇਹ ਕਪਲ। ਜੀ ਬਿਲਕੁਲ, ਇੱਥੇ ਮੈਂ ਤੁਹਾਨੂੰ ਥੋੜ੍ਹਾ ਜਿਹਾ ਦੱਸਣਾ ਚਾਹੂੰਗਾ ਕਿ ਅਕਸਰ ਜਿਹੜੇ ਮੁੰਡੇ ਕੁੜੀਆਂ ਨੌਜਵਾਨ ਹੈਗੇ ਨੇ ਉਹ ਜਿਹੜਾ ਆਪਣੇ ਮਾਪਿਆਂ ਦੀ ਮਰਜ਼ੀ ਤੋਂ ਬਿਨਾਂ ਕੋਰਟ ਦਾ ਰੁੱਖ ਕਰਦੇ ਜਾਂ ਕੋਰਟ ਮੈਰਿਜ ਕਰਵਾ ਲੈਂਦੇ ਨੇ। ਕਈ ਐਸੇ ਵੀ ਵਕੀਲ ਹੁੰਦੇ ਨੇ ਜਿਹੜੇ ਉਹ ਕਹਿੰਦੇ ਨੇ ਵੀ ਤੁਹਾਡਾ ਜਿਹੜਾ ਮੈਰਿਜ ਕੋਰਟ ਮੈਰਿਜ ਆ ਉਹ ਅਸੀਂ ਕਰਵਾ ਦਿੰਦੇ ਹਾਂ, ਅਤੇ ਉੱਥੇ ਹੀ ਉਹਨਾਂ ਨੂੰ ਸਾਰੀਆਂ ਸਹੂਲਤਾਂ ਇੱਕ ਪੈਕੇਜ ਦੇ ਤੌਰ 'ਤੇ ਦਿੱਤੀਆਂ ਜਾਂਦੀਆਂ ਨੇ। ਜੇਕਰ ਗੱਲ ਸਿੱਖ ਭਾਈਚਾਰੇ ਦੀ ਕਰੀ ਜਾਵੇ ਤਾਂ ਗੁਰਦੁਆਰਾ ਆਨੰਦ ਐਕਟ ਦੇ ਤਹਿਤ ਵਿਆਹ ਕਰਵਾਉਂਦੇ ਨੇ, ਜਿਸ ਤਰ੍ਹਾਂ ਵੀ ਹੁੰਦਾ ਉਹ ਜਿਹੜਾ ਵਿਆਹ ਉੱਥੇ ਕਰਵਾਉਂਦੇ ਨੇ। ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਕਿ ਲੜਕੇ ਦਾ ਆਤਿਫ ਖਾਨ ਦਾ ਕਹਿਣਾ ਹੈ ਵੀ ਵਕੀਲ ਦੇ ਨਾਲ ਉਹਨਾਂ ਨੇ ਗੱਲਬਾਤ ਹੁੰਦੀ ਹੈ ਤੇ ਉੱਥੇ ਹੀ ਮੋਹਾਲੀ ਦੇ ਨਵਾਂ ਗਾਓਂ ਦੇ ਚੰਡੀਗੜ੍ਹ ਦੇ ਨਵਾਂ ਗਾਓਂ ਦੇ ਵਿੱਚ ਮੌਲ ਵੀ ਆਉਂਦੇ ਨੇ ਤੇ ਉੱਥੇ ਹੀ ਉਹਨਾਂ ਦਾ ਜਿਹੜਾ ਨਿਕਾਹ ਕਰਵਾਇਆ ਜਾਂਦਾ। ਤੇ ਗਵਾਹਾਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਗਵਾਹ ਨੇ ਜਿਹੜੇ ਉਹ ਵੀ ਵਕੀਲ ਦੇ ਵੱਲੋਂ ਸਾਰਾ ਕੁਛ ਤਿਆਰ ਕੀਤਾ ਜਾਂਦਾ। ਇਹਨਾਂ ਨੂੰ ਇਸ ਬਾਰੇ ਕੁਛ ਨਹੀਂ ਪਤਾ ਹੁੰਦਾ, ਇਹਨਾਂ ਨੂੰ ਸਿਰਫ ਇਹ ਹੁੰਦਾ ਵੀ ਸਾਡੀ ਜਿਹੜੀ ਆ ਉਹ ਕੋਰਟ ਮੈਰਿਜ ਹੋਣੀ ਚਾਹੀਦੀ ਹੈ, ਜਿਸ ਤੋਂ ਬਾਅਦ ਇਹ ਸਾਰਾ ਮਾਮਲਾ ਜਦੋਂ ਕੋਰਟ ਦੇ ਵਿੱਚ ਜਾਂਦਾ ਹੈ ਤਾਂ ਉੱਥੇ ਜਿਹੜਾ ਇੱਥੇ ਦੋਨਾਂ ਦੇ ਦੇਖਦੇ ਹੋਏ। ਅੱਛਾ, ਇਸ ਕੇਸ ਨੂੰ ਲੈ ਕੇ ਕੋਈ ਧਾਰਮਿਕ ਜਥੇਬੰਦੀਆਂ ਦੇ ਵੱਲੋਂ ਕੋਈ ਖੜਾ ਹੋਇਆ, ਕਿਉਂਕਿ ਅਦਾਲਤ ਨੇ ਵੀ ਕਿਹਾ ਕਿ ਇੱਕ ਵੱਡਾ ਰੈਕਟ ਧਰਮ ਪਰਿਵਰਤਨ ਨੂੰ ਲੈ ਕੇ ਚੱਲ ਸਕਦਾ ਹੈ, ਹੋ ਸਕਦਾ ਹੈ ਇਸ ਦੇ ਪਿੱਛੇ?
ਨਹੀਂ ਕਿਉਂਕਿ ਫਿਲਹਾਲ ਐਸੀ ਧਾਰਮਿਕ ਜਥੇਬੰਦੀ ਜਾਂ ਹੋਰ ਕੋਈ ਸਾਹਮਣੇ ਨਹੀਂ ਆਈਆਂ, ਕਿਉਂਕਿ ਜਿਹੜੇ ਪਰਿਵਾਰ ਨੇ ਦੋਵੇਂ ਉਹ ਵੀ ਆਪਸੀ ਸਹਿਮਤ ਨੇ। ਪਰਿਵਾਰ ਦੇ ਵੱਲੋਂ ਵੀ ਜਿਹੜਾ ਇਨਕੁਆਇਰੀ ਦੇ ਦੌਰਾਨ ਕਿਹਾ ਗਿਆ ਵੀ ਉਹਨਾਂ ਨੂੰ ਇਸ ਵਿਆਹ ਤੋਂ ਕੋਈ ਇਤਰਾਜ ਨਹੀਂ ਹੈ, ਇਸ ਲਈ ਜਿਹੜੀ ਹੁਣ ਲੜਕੀ ਆ ਉਹ ਲੜਕੇ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਇੱਥੇ ਪਿੰਡ ਉਹਨਾਂ ਦੇ ਘਰ ਹੀ ਜਿਹੜਾ ਰਹਿ ਰਹੇ। ਠੀਕ ਹੈ ਠੀਕ ਹੈ, ਬਹੁਤ ਬਹੁਤ ਸ਼ੁਕਰੀਆ ਜਗਮੀਤ ਫਿਲਹਾਲ ਤੱਕ ਦੀ ਜਾਣਕਾਰੀ ਦੇ ਰਹੀ।